ਜੋ ਹਜਾਬ ਨੂੰ ਬੈਣ ਨਹੀਂ ਕਰਦੇ ਉਹ ਚੁੰਨੀਆਂ ਤਾਂ ਹੀ ਆਉਣਗੇ ਫਿਰ ਚੁੰਨੀਆਂ ਤੋਂ ਗਾਂ ਵਧ ਕੇ ਹੱਥ ਪੱਗਾਂ ਨੂੰ ਉਹ ਪਾਉਣਗੇ ਉਹ ਚੰਗੇ ਨਹੀਂ ਹੋ ਸਕਦੇ ਜੋ ਹੋਂਦ ਸਾਡੀ ਨੂੰ ਮਾਰਦੇ ਇਹ ਆਖਰੀ ਮੌਕਾ ਪੰਜਾਬੀਓ ਤੁਸੀਂ ਚੰਗੀ ਤਰ੍ਹਾਂ ਹੋ ਜਾਣਦੇ ਕਿਉਂਕਿ ਸਿਮਰਤਜੀਤ ਸਿੰਘ ਮਾਨ ਨੇ ਲੈ ਕੇ ਦੇਣੇ ਹੱਕ ਪੰਜਾਬ ਦੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਲੈ ਕੇ ਦੇਣੇ ਹੱਕ ਪੰਜਾਬ ਦੇ ਵੀ ਦੀਪ ਸਿੱਧੂ ਦੇ ਜਾਣ ਨਾਲ ਕਿਹਨੂੰ ਫਾਇਦਾ ਜਾਂ ਕਿਹਨੂੰ ਨੁਕਸਾਨ ਹੈ ਇਹ ਵੀ ਦੇਖਣਾ ਬਣਦਾ ਉਹਨਾਂ ਕੁਝ ਇੱਕ ਜਿਹੜੀਆਂ ਲੇਟੈਸਟ ਆ ਆਪਾਂ ਕੀਆਂ ਸਪੀਚ ਸੁਣਦੇ ਆ ਜਾਂ ਗੱਲਾਂ ਕਰਦੇ ਆ ਜਾਂ ਉਹਦੇ ਐਕਸ਼ਨ ਪਲਾਨ ਦੇਖਦੇ ਆ ਤੇ ਉਹਦਾ ਕਿਦੇ ਉੱਤੇ ਜ਼ਿਆਦਾ ਅਸਰ ਪੈਣਾ ਸੀ ਜਾਂ ਕਿਦੇ ਉੱਤੇ ਘੱਟ ਪੈਣਾ ਸੀ ਉਹ ਚੀਜ਼ ਦੇਖਦੇ ਆ ਤਾਂ ਕੁਝ ਗੱਲਾਂ ਜਿੰਨੀਆਂ ਕ ਲੱਗਦੀਆਂ ਤੇ ਜਿਹੋ ਜਿਹਾ ਪੰਜਾਬ ਦਾ ਸਿਨੈਰੀਓ ਬਣਦਾ ਜਾ ਰਿਹਾ ਠੀਕ ਹੈ ਉਹਦੇ ਬਾਰੇ ਮੈਂ ਆਪਦੇ ਨਿੱਜੀ ਵਿਚਾਰ ਦੱਸਦਾ ਇਹਦੇ ਬਾਰੇ ਤੁਸੀਂ ਜਿਹੜਾ ਹੈਗਾ ਆਪਦਾ ਸੁਝਾਅ ਦੇ ਸਕਦੇ ਹੋ ਪਹਿਲੀ ਗੱਲ ਕਿ ਦੀਪ ਸਿੱਧੂ ਨੇ ਜਿਹੜੀ ਲਾਸਟ ਸਪੀਚ ਦਿੱਤੀ ਹੈ ਇੱਕ ਪਾਸੇ ਹੱਥ 'ਚ ਤਲਵਾਰ ਫੜੀ ਹੈ ਦੂਜੇ ਪਾਸੇ ਝਾੜੂ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਾਨੂੰ ਆਮ ਬਣਾਉਣਾ ਚਾਹੁੰਦੇ ਆ ਜਦ ਕਿ ਸਾਨੂੰ ਜਿਹੜਾ ਹੈ ਗੁਰੂ ਸਾਹਿਬ ਨੇ ਖਾਸ ਬਣਾਇਆ ਤਾਂ ਇਹ ਗੱਲ ਦਾ ਕਿੱਡਾ ਡੂੰਘਾ ਅਸਰ ਆ ਜਿਹੜਾ ਲੋਕਾਂ ਦੇ ਅਵਚੇਤਨ ਤੇ ਪੈ ਰਿਹਾ ਸੀਗਾ ਠੀਕ ਆ ਅਮਰਗੜ ਤੋਂ ਲੈ ਕੇ ਸਤੌਜ ਧੂਰੀ ਮਲੇਰਕੋਟਲਾ ਕਿਉਂਕਿ ਇਕਲ ਸਿੱਧੀ ਲਾਈਨ ਇਹ ਚਾਰ ਪੰਜ ਸੀਟਾਂ ਕਿਉਂਕਿ ਜਦੋਂ ਅਮਰਗੜ ਦੇ ਵਿੱਚੋਂ ਬੋਲਦਾ ਇੱਕ ਥਾਂ ਤੋਂ ਬੋਲਦਾ ਤਾਂ ਉਥੋਂ ਜਿਹੜਾ ਆਪਾਂ ਕਿੰਨੇ ਨਾਲ ਲੱਗਦੀਆਂ ਸੀਟਾਂ ਤੇ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰਭਾਵ ਛੱਡਦਾ ਸੋ ਉਹ ਤਲਵਾਰ ਤੇ ਝਾੜੂ ਹੱਥ 'ਚ ਫੜਨ ਨਾਲ ਇੱਕ ਵੱਡੀ ਇੱਕ ਆਪਕੀ ਜੰਗ ਛਿੜ ਗਈ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਵਿਚਾਰਾਂ ਦੀ ਕਿ ਹਾਂ ਯਾਰ ਕਿ ਇੱਕ ਆਜ਼ਾਦ ਸੋਚ ਤੇ ਇੱਕ ਗੁਲਾਮ ਸੋਚ ਗੁਲਾਮ ਸੋਚੇ ਕਿਉਂਕਿ ਆਪਾਂ ਆਮ ਆਦਮੀ ਨੂੰ ਜਿੰਨਾ ਵੀ ਦੇਖਿਆ ਹੁਣ ਤੱਕ ਜਿੰਨਾਂ ਕ ਆਪਣਾ ਐਕਸਪੀਰੀਅੰਸ ਹੈ ਠੀਕ ਹੈ ਯਾਰ ਸਾਡੇ ਲੀਡਰਾਂ ਨੇ ਬਹੁਤ ਲੁੱਟਿਆ ਸਨ ਕੋਈ ਕਾਲੀ ਕਾਂਗਰਸੀ ਜਿਹੜਾ ਹੈਗਾ ਕੋਈ ਦੁੱਧ ਤੋਤੇ ਨਹੀਂ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਸਾਨੂੰ ਅੱਜ ਬਾਹਰਲੇ ਲੀਡਰਾਂ ਤੋਂ ਆਸ ਕਰਨੀ ਪੈ ਰਹੀ ਹੈ ਇਹ ਆਪਾਂ ਗੱਲ ਕਰ ਗਏ ਇਹ ਸਾਡੀ ਤਰਾਸਦੀ ਹੈ ਸਾਡੇ ਬਾਹਰ ਬੈਠੇ ਲੋਕਾਂ ਨੇ ਵੀ ਬਾਹਰੋਂ ਬਿჯ ਪਰ ਆਪਾਂ ਨੂੰ ਥੋੜੀਆਂ ਜਿਹੀਆਂ ਗੱਲਾਂ ਸਮਝਣੀਆਂ ਵੀ ਚਾਹੀਦੀਆਂ ਕਿ ਕੀ ਪੰਜਾਬ ਤੋਂ ਬਾਹਰਲੀ ਲੀਡਰਸ਼ਿਪ ਪੰਜਾਬ ਵਾਸਤੇ ਘਾਤਕਣਾ ਹੋਊਗੀ ਸਾਡੇ ਨਾਲੋਂ ਵੀ ਜ਼ਿਆਦਾ ਦੇਖੋ ਯਾਰ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਪਹਿਲੀ ਗੱਲ ਤਾਂ ਦੀਪ ਸਿੱਧੂ ਬਾਰੇ ਗੱਲ ਕਰਕੇ ਤਾਂ ਉਹਦੀ ਮੌਤ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਖਾਸ ਕਰਕੇ ਪੰਜਾਬ ਦੇ ਜਿਹੜਾ ਹੈਗਾ ਬੁੱਧੀਜੀਵੀ ਜੋ ਵੀ ਇਨਵੈਸਟੀਗੇਸ਼ਨ ਹੈਗੇ ਆ ਬੰਦੇ ਉਹਨਾਂ ਨੂੰ ਇਨਵੈਸਟੀਗੇਟਰ ਕਰਨਾ ਚਾਹੀਦਾ ਅਲੱਗ ਤੋਂ ਉਹਦੀ ਜਾਂਚ ਬਹਾਉਣੀ ਚਾਹੀਦੀ ਹੈ ਕਿ ਇਹਦਾ ਕੀ ਹੋਇਆ ਪਰ ਜਾਂਚਾਂ ਆਪਾਂ ਪਹਿਲਾਂ ਵੀ ਦੇਖਿਆ ਮੋਡ ਬੰਬ ਬਲਾਸਟ ਹੋਇਆ ਉਹਦੀ ਜਾਂਚ ਕਿੱਥੇ ਪਹੁੰਚੀ ਹੈ ਜਿਹੜੇ ਬੰਦੇ ਮਰੇ ਆ ਹਜੇ ਤੱਕ ਕੋਈ